ਸਿੱਖਸ ਐਵਰੀਵੇਅਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਗੁਰੂ ਫਤਿਹ ਨਾਲ ਸੰਗ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਅੰਦਰ ਸਾਨੂੰ ਬਹੁਤ ਸਾਰੇ ਅਜਿਹੇ ਸ਼ਬਦ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਨੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਸੰਬੰਧਿਤ ਸ਼ਬਦਾਂ ਦੀ ਵਰਤੋਂ ਕੀਤੀ ਹੈ, ਪਰ ਕਿਤੇ ਨਾ ਕਿਤੇ ਅੱਜ ਉਸ ਸਮੇਂ ਦੇ ਨਾਲ ਉਹ ਸ਼ਬਦ ਸਾਡੀ ਬੋਲਚਾਲ ਦੇ ਵਿੱਚੋਂ ਅਲੋਪ ਹੁੰਦੇ ਜਾ ਰਹੇ ਨੇ। ਉਹ ਸ਼ਬਦਾਂ ਨੂੰ ਆਪਾਂ ਦੁਬਾਰਾ ਆਪਣੀ ਬੋਲਚਾਲ ਦੇ ਵਿੱਚ ਕਿਵੇਂ ਵਰਤਣਾ, ਉਹਨਾਂ ਸ਼ਬਦਾਂ ਦੀ ਵਿਆਖਿਆ ਅੱਜ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰ ਰਹੇ ਹਾਂ। ਸੋ ਅੱਜ ਜੋ ਸ਼ਬਦ ਅਸੀਂ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਉਹ ਹੈ ਸੁਰਠ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ, ਜਿਸ ਦੀਆਂ ਪਹਿਲੀ ਪੰਕਤੀ ਹੈ, ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ। ਮਨ ਹਾਲੀ ਕਿਰਸਾਣੀ ਕਰਨੀ, ਗੁਰੂ ਸਾਹਿਬ ਕਹਿ ਰਹੇ ਨੇ ਕਿ ਮਨ ਨੂੰ ਹਾਲੀ ਵਰਗਾ ਉੱਦਮੀ ਬਣਾ। ਹੁਣ ਹਾਲੀ ਕੀ ਹੈ? ਹਾਲੀ ਹੈ ਪੁਰਾਣੇ ਸਮੇਂ ਵਿੱਚ ਖੇਤਾਂ ਨੂੰ ਵਾਹੁਣ ਵਾਸਤੇ ਬਲਦਾਂ ਦੇ ਨਾਲ ਹਲ ਦੀ ਵਰਤੋਂ ਕੀਤੀ ਜਾਂਦੀ ਸੀ, ਉਸ ਹਲ ਨੂੰ ਵਾਹੁਣ ਵਾਲੇ ਨੂੰ ਕਿਹਾ ਜਾਂਦਾ ਹਾਲੀ। ਗੁਰੂ ਸਾਹਿਬ ਕਹਿ ਰਹੇ ਨੇ ਕਿ ਆਪਣੇ ਮਨ ਨੂੰ ਹਾਲੀ ਵਰਗਾ ਉੱਦਮੀ ਬਣਾ, ਕਿਉਂਕਿ ਹਾਲੀ ਜਿਹੜਾ ਆ ਸਵੇਰੇ ਤੜਕੇ ਉੱਠ ਕੇ ਅਤੇ ਉਹਨਾਂ ਨੂੰ ਅੰਮ੍ਰਿਤ ਵੇਲੇ ਜਾ ਕੇ ਖੇਤਾਂ ਨੂੰ ਵਾਹੁਣਾ ਪੈਂਦਾ ਸੀ, ਕਾਫੀ ਲੰਮਾ ਸਮਾਂ ਜਿਹੜਾ ਲੱਗਦਾ ਸੀ, ਉਹ ਬਹੁਤ ਉੱਦਮੀ ਸਮਝਿਆ ਜਾਂਦਾ ਸੀ ਹਾਲੀ ਨੂੰ। ਕਿਰਸਾਣੀ ਕਰਨੀ, ਕਿਤੇ ਆਪਣੀ ਜਿਹੜੀ ਉੱਚੇ ਆਚਰਣ ਨੂੰ ਵਾਹੀ ਸਮਝ। ਕਿਰਸਾਣੀ ਆ ਸ਼ਬਦ ਬਣਿਆ ਕਿਰਸਾਨ ਤੋਂ, ਕਿਸਾਨ ਭਾਵ ਕਿਸਾਨ, ਅਤੇ ਕਿਸਾਨੀ ਕਰਨ ਵਾਲੇ ਨੂੰ ਕਹਿੰਦੇ ਕਿਰਸਾਣੀ ਭਾਵ ਵਾਹੀ। ਅਤੇ ਆਪਣੇ ਉੱਚੇ ਆਚਰਣ ਨੂੰ ਗੁਰੂ ਸਾਹਿਬ ਕਹਿ ਰਹੇ ਨੇ ਤੂੰ ਵਾਹੀ ਸਮਝ। ਸਰਮ ਪਾਣੀ, ਮਿਹਨਤ ਨੂੰ ਪਾਣੀ ਸਮਝ, ਤਨ ਖੇਤ ਅਤੇ ਆਪਣੇ ਸਰੀਰ ਨੂੰ ਪੈਲੀ ਸਮਝ। ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਨਾਮ ਨੂੰ ਬੀਜ ਸਮਝ, ਬੀਜ ਕਿਹਨੂੰ ਕਹਿੰਦੇ ਹਾਂ? ਜਿਸ ਦੇ ਨਾਲ ਕੋਈ ਵੀ ਫਸਲ ਤਿਆਰ ਹੁੰਦੀ ਹੈ, ਬੀਜ ਆਪਾਂ ਸਾਰੇ ਜਾਣਦੇ ਹਾਂ, ਜਿਸ ਤੋਂ ਜਿਵੇਂ ਕਣਕ ਨੂੰ ਬੀਜਣ ਵਾਸਤੇ ਕਣਕ ਦੇ ਦਾਣੇ ਨੂੰ ਬੀਜਿਆ ਜਾਂਦਾ, ਅਤੇ ਉਹ ਬੀਜ ਕਾਹਦਾ? ਗੁਰੂ ਸਾਹਿਬ ਕਹਿੰਦੇ ਨੇ ਨਾਮ ਦਾ ਬਣਾ, ਅਤੇ ਸੰਤੋਖ ਨੂੰ ਸੁਹਾਗਾ ਬਣਾ। ਸੁਹਾਗਾ ਕੀ ਹੈ? ਜਦੋਂ ਕਿਸਾਨ ਖੇਤਾਂ ਨੂੰ ਵਾਹੁੰਦੇ ਸਨ, ਫਸਲ ਬੀਜਣ ਲਈ ਤਿਆਰ ਕੀਤਾ ਜਾਂਦਾ ਸੀ, ਅਤੇ ਇੱਕ ਵੱਡਾ ਲੱਕੜ ਦਾ ਟੁਕੜਾ ਜਿਹੜਾ ਬਲਦਾਂ ਦੇ ਪਿੱਛੇ ਪਾ ਕੇ ਖਿੱਚਿਆ ਜਾਂਦਾ ਸੀ, ਜਿਸ ਦੇ ਨਾਲ ਜ਼ਮੀਨ ਜਿਹੜੀ ਆ ਉਹਨੂੰ ਪੱਧਰੀ ਕੀਤਾ ਜਾਂਦਾ ਸੀ, ਔਰ ਜ਼ਮੀਨ ਦੇ ਵਿੱਚ ਮੋਟੀਆਂ ਜਿਹੜੀਆਂ ਢੇਮਾਂ ਸਨ ਉਹਨਾਂ ਨੂੰ ਵੀ ਬਰੀਕ ਕਰਕੇ ਇੱਕਦਮ ਪੈਲੀ ਨੂੰ ਪੱਧਰਿਆ ਕੀਤਾ ਜਾਂਦਾ ਸੀ, ਉਸਨੂੰ ਕਹਿੰਦੇ ਨੇ ਸੁਹਾਗਾ। ਅਤੇ ਗੁਰੂ ਸਾਹਿਬ ਕਹਿੰਦੇ ਸੰਤੋਖ ਨੂੰ ਸੁਹਾਗਾ ਬਣਾ ਅਤੇ ਰੱਖ ਗਰੀਬੀ ਵੇਸ, ਆਪਣਾ ਜੀਵਨ ਸਾਦਾ ਬਣਾ। ਭਾਓ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ। ਹੁਣ ਜਮਸੀ ਕੀ ਹੈ? ਜੰਮਣਾ ਕੀ ਹੈ? ਕਿਸੇ ਦਾਣੇ ਨੂੰ ਜਦੋਂ ਆਪਾਂ ਜ਼ਮੀਨ ਵਿੱਚ ਬੀਜਦੇ ਹਾਂ ਤਾਂ ਜਦੋਂ ਉਹ ਨਮੀ ਦੇ ਨਾਲ ਅਤੇ ਗਰਮੀ ਦੇ ਨਾਲ ਪੁੰਗਰਦਾ ਹੈ ਉਹਨੂੰ ਕਹਿੰਦੇ ਨੇ ਬੀਜ ਜੰਮ ਗਿਆ। ਸੋ ਇਹਦੇ ਇਸ ਪੰਕਤੀ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਭਾਓ ਕਰਮ ਕਰ ਜਮਸੀ, ਅਤੇ ਪਿਆਰ ਦੇ ਨਾਲ ਜਿਹੜਾ ਤੇਰੇ ਅੰਦਰ ਪ੍ਰੇਮ ਪੈਦਾ ਹੋਵੇਗਾ ਅਤੇ ਤੇਰਾ ਸਰੀਰ ਰੂਪੀ ਘਰ ਜਿਹੜਾ ਉਹ ਭਾਗਾਂ ਵਾਲਾ ਹੋ ਜਾਵੇਗਾ। ਸੋ ਅਗਲੀ ਪੰਕਤੀ ਜਿਹੜੀ ਰਹਾਓ ਵਾਲੀ ਗੁਰੂ ਸਾਹਿਬ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਸ ਨੂੰ ਸਮਝਿਆ ਜਾਂਦਾ ਹੈ ਸ਼ਬਦ ਦਾ ਕੇਂਦਰੀ ਭਾਵ ਵੀ ਆਪਾਂ ਸਮਝਦੇ ਹਾਂ, ਉਹ ਹੈ ਬਾਬਾ ਮਾਇਆ ਸਾਥ ਨਾ ਹੋਏ। ਕਿ ਇਹ ਭਾਈ ਇਹ ਮਾਇਆ ਜਿਹੜੀ ਹੈ ਇਹ ਕਿਸੇ ਦੇ ਵੀ ਮਰਨ ਵੇਲੇ ਨਾਲ ਨਹੀਂ ਜਾਂਦੀ। ਮਾਇਆ ਕੀ ਹੈ? ਗੁਰੂ ਸਾਹਿਬ ਸਾਨੂੰ ਸਮਝਾ ਰਹੇ ਨੇ ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਉਸ ਵਾਹਿਗੁਰੂ ਪਰਮਾਤਮਾ ਨਾਲੋਂ ਤੋੜਦੀਆਂ ਨੇ ਉਹ ਮਾਇਆ। ਅਤੇ ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਇਹ ਮਾਇਆ ਜਿਹੜੀ ਹੈ ਮਰਨ ਵੇਲੇ ਕਿਸੇ ਦੇ ਵੀ ਨਾਲ ਨਹੀਂ ਜਾਂਦੀ। ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਹਿਆ ਵਿਰਲਾ ਬੂਝੈ ਹੋਏ। ਅਤੇ ਇਸ ਮਾਇਆ ਨੇ ਸਮੁੱਚੇ ਜਗਤ ਨੂੰ ਹੀ ਆਪਣੇ ਗ੍ਰਿਫਤ ਵਿੱਚ ਲਿਆ ਹੋਇਆ, ਅਤੇ ਕੋਈ ਵਿਰਲਾ ਹੀ ਮਨੁੱਖ ਜਿਹੜਾ ਉਸ ਵਾਹਿਗੁਰੂ ਦੇ ਪਰਮਾਤਮਾ ਦੇ ਪ੍ਰੇਮ ਵਾਲਾ ਉਹ ਇਸ ਖੇਡ ਨੂੰ ਸਮਝ ਸਕਦਾ। ਹਾਣ ਹੱਟ ਕਰ ਆਰਜਾ ਸੱਚ ਨਾਮ ਕਰ ਵੱਤ। ਹੁਣ ਇਸ ਪੰਕਤੀ ਵਿੱਚ ਸ਼ਬਦ ਆਇਆ ਹੱਟ। ਹੱਟ ਸ਼ਬਦ ਬਣਿਆ ਹੱਟੀ ਤੋਂ, ਔਰ ਹੱਟੀ ਕਹਿੰਦੇ ਨੇ ਦੁਕਾਨ ਨੂੰ। ਸੋ ਪੁਰਾਣੇ ਸਮੇਂ ਵਿੱਚ ਹੱਟ ਜਾਂ ਹੱਟੀ ਦੁਕਾਨ ਨੂੰ ਕਿਹਾ ਜਾਂਦਾ ਸੀ। ਹਾਣ ਹੱਟ ਕਰ ਆਰਜਾ ਸੱਚ ਨਾਮ ਕਰ ਵੱਤ। ਸੋ ਇਸ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਕਿ ਆਪਣੇ ਸਰੀਰ ਰੂਪੀ ਹੱਟੀ ਵਿੱਚ ਵਾਹਿਗੁਰੂ ਦੇ ਨਾਮ ਨੂੰ ਸਵਾਸਾਂ ਰੂਪੀ ਸੌਦਾ ਇਸ ਸਰੀਰ ਰੂਪੀ ਹੱਟੀ ਦੇ ਅੰਦਰ ਰੱਖ। ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ। ਆਪਣੀ ਸੁਰਤ ਭਾਵ ਵਿਚਾਰ ਮੰਡਲ ਨੂੰ ਭਾਂਡਿਆਂ ਦੀ ਭਾਂਡ ਸਾਲ ਬਣਾ ਅਤੇ ਉਸ ਵਿੱਚ ਹਰੀ ਦੇ ਨਾਮ ਰੂਪੀ ਸੌਦੇ ਨੂੰ ਰੱਖ। ਵਣਜਾਰਿਆਂ ਸਿਉਂ ਵਣਜ ਕਰ ਲੈ ਲਾਹ ਮਨ ਹੱਸ। ਵਣਜ ਕਹਿੰਦੇ ਨੇ ਵਪਾਰ ਨੂੰ, ਅਤੇ ਵਣਜਾਰਾ ਕਿਹਾ ਜਾਂਦਾ ਵਪਾਰੀ ਨੂੰ, ਭਾਵ ਵਪਾਰ ਕਰਨ ਵਾਲੇ ਵਪਾਰੀ ਨੂੰ ਇੱਥੇ ਕਿਹਾ ਜਾਂਦਾ ਵਣਜਾਰਾ। ਵਣਜ ਵਣਜਾਰਿਆਂ ਸੋਂ ਵਣਜ ਕਰ
ਲੈ ਲਾਹਾ ਮਨ ਹੱਸ, ਇਸ ਪੰਕਤੀਆਂ ਦੇ ਗੁਰੂ ਸਾਹਿਬ ਸਾਨੂੰ ਇਹ ਸਮਝਾ ਰਹੇ ਨੇ ਕਿ ਨਾਮ ਜਪਣ ਵਾਲੀ ਸਤ ਸੰਗੀ ਰੂਹਾਂ ਨਾਲ ਮਿਲ ਕੇ ਤੂੰ ਵੀ ਇਸ ਨਾਮ ਰੂਪੀ ਵਪਾਰ ਨੂੰ ਕਰ ਅਤੇ ਲੈ ਲਾਹਾ ਮਨ ਹੱਸ, ਇੱਥੇ ਲਾਹਾ ਕੀ ਤੈਨੂੰ ਪ੍ਰਾਪਤ ਹੋਵੇਗਾ, ਜਿਵੇਂ ਵਪਾਰ ਵਿੱਚ ਮਨੁੱਖ ਨੂੰ ਪੈਸਾ ਹੀ ਦਾ ਲਾਹਾ ਪ੍ਰਾਪਤ ਹੁੰਦਾ, ਅਤੇ ਸਤ ਸੰਗਤ ਦੇ ਵਿੱਚ ਜਾ ਕੇ ਨਾਮ ਸਿਮਰਨ ਦੇ ਨਾਲ ਮਨ ਦਾ ਖੜਾਓ ਰੂਪੀ ਲਾਹਾ ਪ੍ਰਾਪਤ ਹੋਵੇਗਾ। ਸੁਣ ਸਾਸ ਸੌਦਾਗਰੀ ਸੱਤ ਘੋੜੇ ਲੈ ਚੱਲ। ਹੁਣ ਸੌਦਾਗਰੀ ਸ਼ਬਦ ਇਸ ਪੰਕਤੀ ਦੇ ਅੰਦਰ ਆਇਆ, ਸੌਦਾਗਰੀ ਸ਼ਬਦ ਬਣਿਆ ਸੌਦਾਗਰ ਤੋਂ, ਅਤੇ ਸੌਦਾਗਰ ਸ਼ਬਦ ਦਾ ਭਾਵ ਹੀ ਹੈ ਵਪਾਰੀ। ਸੋ ਇਸ ਅੰਦਰ ਗੁਰੂ ਸਾਹਿਬ ਕਹਿ ਰਹੇ ਨੇ ਕਿ ਧਰਮ ਪੁਸਤਕਾਂ ਦਾ ਉਪਦੇਸ਼ ਸੁਣਨਾ ਹੀ ਹਰੀ ਨਾਮ ਦੀ ਸੌਦਾਗਰੀ ਹੈ, ਅਤੇ ਇਸ ਸੌਦਾਗਰੀ ਨੂੰ ਲੱਦਣ ਵਾਸਤੇ ਉੱਚੇ ਆਚਰਣ ਨੂੰ ਘੋੜੇ ਬਣਾ ਕੇ ਚੱਲ। ਖਰਚ ਬਨ ਚੰਗਿਆਈਆਂ ਮਤ ਮਨ ਜਾਣੇ ਕਲ, ਚੰਗੇ ਗੁਣਾਂ ਨੂੰ ਆਪਣੇ ਇਸ ਜੀਵਨ ਸਫ਼ਰ ਦਾ ਖਰਚ ਬਣਾ, ਅਤੇ ਚੰਗੇ ਉੱਦਮ ਨੂੰ ਨਾਮ ਰੂਪੀ ਸੌਦਾਗਰੀ ਨੂੰ ਇਸ ਕੰਮ ਨੂੰ ਕੱਲ੍ਹ 'ਤੇ ਨਾ ਪਾ। ਹੇ ਮਨ ਮੇਰੇ ਮਨ, ਇਸ ਗੱਲ ਨੂੰ ਤੂੰ ਕੱਲ੍ਹ 'ਤੇ ਨਾ ਪਾ, ਅੱਜ ਹੀ ਇਹ ਕੰਮ ਕਰ। ਨਿਰੰਕਾਰ ਕੈ ਦੇਸ਼ ਜਾਹੇ ਤਾਂ ਸੁੱਖ ਲਹਿਰੇ ਮਹਲ, ਭਾਵ ਕਿ ਜੇ ਤੂੰ ਆਪਣੇ ਅੰਦਰ ਕਰਕੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਚਰਨਾਂ ਵਿੱਚ ਮਨ ਕਰਕੇ ਟਿਕ ਜਾਵੇਂਗਾ ਤਾਂ ਤੂੰ ਉਸ ਵਾਹਿਗੁਰੂ ਦੇ ਪਰਮਾਤਮਾ ਦੇ ਸੁੱਖ ਨੂੰ ਆਨੰਦ ਨੂੰ ਆਪਣੇ ਸਰੀਰ ਰੂਪੀ ਹਿਰਦੇ ਘਰ ਵਿੱਚ ਹੀ ਪ੍ਰਾਪਤ ਕਰ ਲਵੇਗਾ। ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕਾਮ। ਹੁਣ ਇਸ ਪੰਕਤੀ ਦੇ ਅੰਦਰ ਸ਼ਬਦ ਆਇਆ ਚਾਕਰੀ, ਚਾਕਰੀ ਸ਼ਬਦ ਬਣਿਆ ਚਾਕਰ ਤੋਂ, ਚਾਕਰ ਕਹਿੰਦੇ ਨੇ ਨੌਕਰ ਨੂੰ ਔਰ ਚਾਕਰੀ ਕਹਿੰਦੇ ਆ ਨੌਕਰੀ। ਸੋ ਇਸ ਪੰਕਤੀ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ ਲਾਏ ਚਿੱਤ ਕਰ ਚਾਕਰੀ ਮਨ ਨਾਮ ਕਰ ਕਾਮ, ਪੂਰੇ ਧਿਆਨ ਨਾਲ ਉਸ ਪ੍ਰਭੂ ਮਾਲਕ ਦੀ ਨੌਕਰੀ ਕਰ ਅਤੇ ਉਸ ਮਾਲਕ ਦਾ ਨਾਮ ਆਪਣੇ ਹਿਰਦੇ ਰੂਪੀ ਘਰ ਵਿੱਚ ਪੱਕਾ ਕਰ, ਇਹੀ ਉਸਦੀ ਸੱਚੀ ਅਤੇ ਸੁੱਚੀ ਸੇਵਾ ਹੈ। ਬੰਨ ਬੱਧੀਆਂ ਕਰ ਧਾਵਣੀ ਤਾਂ ਕੋ ਆਖੇ ਧੰਨ, ਪਰਮਾਤਮਾ ਦੀ ਨੌਕਰੀ ਦੀ ਭੱਜ ਦੌੜ ਵਾਸਤੇ ਵਿਕਾਰਾਂ ਨੂੰ ਆਪਣੇ ਨੇੜੇ ਆਉਣ ਤੋਂ ਰੋਕ, ਇਸ ਤਰ੍ਹਾਂ ਕਰਨ ਨਾਲ ਹਰ ਕੋਈ ਤੈਨੂੰ ਧੰਨ ਕਹੇਗਾ। ਨਾਨਕ ਵੇਖੈ ਨਦਰ ਕਰ ਚੜ੍ਹੈ ਚਵੱਗਣ ਵਨ, ਹੇ ਨਾਨਕ ਇਸ ਤਰ੍ਹਾਂ ਕਰਨ ਨਾਲ ਉਹ ਵਾਹਿਗੁਰੂ ਪਰਮਾਤਮਾ ਤੈਨੂੰ ਮਿਹਰ ਦੀ ਨਜ਼ਰ ਨਾਲ ਵੇਖੇਗਾ ਅਤੇ ਤੇਰੇ ਉੱਪਰ ਆਤਮਕ ਆਨੰਦ ਜਿਹੜਾ ਉਹ ਚਾਰ ਗੁਣਾ ਵਧੇਰੇ ਚੜ੍ਹ ਜਾਵੇਗਾ, ਭਾਵ ਤੇਰੀ ਜ਼ਿੰਦਗੀ ਵਿੱਚ ਆਤਮਕ ਰਸ ਆਤਮਕ ਆਨੰਦ ਦੀ ਪ੍ਰਾਪਤੀ ਹੋਵੇਗੀ। ਗੁਰਬਾਣੀ ਸ਼ਬਦ ਦੀ ਵਿਆਖਿਆ ਕਰਦਿਆਂ ਦਾਸ ਪਾਸੋਂ ਇੱਕ ਨਹੀਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ, ਸਾਧ ਸੰਗਤ ਬਖਸ਼ਣਯੋਗ ਹੈ। ਔਰ ਇਸ ਦੇ ਨਾਲ ਹੀ ਆਸ ਕਰਦੇ ਹਾਂ ਕਿ ਆਪ ਜੀ ਨੂੰ ਕੁਝ ਅਜਿਹੇ ਸ਼ਬਦਾਂ ਦਾ ਗਿਆਨ ਵੀ ਪ੍ਰਾਪਤ ਹੋਇਆ ਹੋਵੇਗਾ ਜਿਹੜੇ ਅੱਜ ਸਾਡੇ ਬੋਲਚਾਲ ਵਿੱਚੋਂ ਜਿਹੜੇ ਸ਼ਬਦਾਂ ਨੂੰ ਅਸੀਂ ਵਿਸਾਰਦੇ ਜਾ ਰਹੇ ਹਾਂ। ਸੋ ਆਓ ਸਾਧ ਸੰਗਤ ਜੀ ਅੰਤ ਵਿੱਚ ਫਤਿਹ ਨਾਲ ਸਾਂਝ ਪਾਈਏ, ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।